ਨੇ ਸੇਖਾ ਇਸ ਮੈਚ ਦੇ ਵਿੱਚ ਸਾਢੇ 19 ਤੇ 20 ਅੰਕ ਹੋਣਗੇ ਮੇਰੇ ਵੀਰੋ ਜੇ ਖੁਸ਼ ਹੋ ਤਾਂ ਤਾੜੀ ਮਾਰ ਦੋ ਖੁੱਲ ਕੇ ਜਿਹੜੀ ਟੀਮ ਦੇ ਪਹਿਲਾਂ ਸਾਢੇ 19 ਅੰਕ ਹੋਣਗੇ ਜਾਂ ਜਿਹੜੀ ਟੀਮ ਦੇ 20 ਪੁਆਇੰਟ ਹੋਣਗੇ ਉਹ ਟੀਮ ਜੇਤੂ ਮੰਨੀ ਜਾਣੀ ਹੈ ਪੋਲਾ ਬਾੜ ਹਾਈ ਵਾਲਾ ਹੈ ਇਹਨਾਂ ਬੋਲਾਂ ਲਈ ਬਹੁਤ ਸਾਰੇ ਮਾਣ ਭੇਜ ਦਾ ਤੇ ਰਾਜ ਚੋਟਲੇ ਵੀ ਮਾਣ ਭੇਜ ਹੈ ਖਾਨੇ ਵਾਲੇ ਬੱਬੂ ਨੇ ਵੀ ਮਾਸਕਰ ਭੇਜ ਹੈ ਬਾੜ ਹਾਈ ਵਾਲੇ ਭੋਲੇ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਪਾਸੇ ਕੌਂਕੇ ਪਿੰਡ ਹੈ ਕਿ ਸਾਡਾ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਵੱਲੋਂ ਕੌਂਕੇ ਟਿਕਾਣਾ ਵੀਤ ਮਲਜੀਤ ਨੇ ਗੱਲ ਕੀਤੀ ਹੈ ਜਿਹੜੇ ਪਿੰਡ ਦੇ ਅਮਨ ਤੇ ਮੋਟੇ ਦੀ ਜੋੜੀ ਮਸ਼ਹੂਰ ਹੋਈ ਹੈ ਜਿਹੜੇ ਪਿੰਡ ਦਾ ਬਾਜ ਬੜਾ ਤਕੜਾ ਖੇਡਿਆ ਹੈ ਜਿਹੜੇ ਪਿੰਡ ਦੇ ਤਲਵਾਰ ਦੇ ਚਰਚੇ ਹੈ ਔਰ ਕੌਂਕੇ ਪਿੰਡ ਖੇਡ ਕਬੱਡੀ ਦੀ ਨਰਸਰੀ ਵਿੱਚ ਜਾਣਿਆ ਜਾਂਦਾ ਪਿੰਡ ਹੈ ਆਹ ਮੁੰਡਾ ਜਿਹੜਾ ਹੈ ਆਪਣੇ ਆਪ ਨੂੰ ਵਾਰਮ ਅਪ ਕਰ ਰਿਹਾ ਹੈ ਇਹ ਬਸੀਆਂ ਪਿੰਡ ਦਾ ਸੰਦੀਪ ਜਿਹੜੇ ਦੀ ਖੇਡ ਨੂੰ ਪਿਆਰ ਕਰਦੇ ਹੈ ਉਹ ਤਾੜੀ ਜ਼ਰੂਰ ਲਾਉਣਗੇ ਜਿਹੜੇ ਵੀਰ ਦੀ ਪਾਣੀ ਤੇ ਡਿਊਟੀ ਹੈ ਜੀ ਗਰਾਊਂਡ ਪਾਣੀ ਜ਼ਰੂਰ ਦਿੱਤਾ ਜਾਵੇ ਜਿਹੜੇ ਵੀਰ ਦੀ ਪਾਣੀ ਤੇ ਡਿਊਟੀ ਹੈ ਇਹ ਚੰਗੀ ਪਲੇਅਰ ਦੀ ਨਿਸ਼ਾਨੀ ਹੈ ਮੇਰੇ ਵੀਰੋ ਕਈ ਪਲੇਅਰ ਹੁੰਦੇ ਆ ਜੀ ਉਹਨਾਂ ਨੂੰ ਕਹਿ ਦੇਣਾ ਵੀ ਮਿੱਟੀ ਮਲਣੀ ਹੈ ਉਹ ਕਹਿਣਗੇ ਅਸੀਂ ਮਿੱਟੀ ਨਹੀਂ ਮਲਾਉਣੀ ਇਹ ਕੋਈ ਕੋਈ ਖਿਡਾਰੀ ਹੁੰਦਾ ਹੈ ਜਿਹੜਾ ਇੱਕ ਤਾਣ ਕੇ ਖੜ ਜਾਂਦਾ ਹੈ ਜਿਹਦੇ 'ਚ ਹੌਸਲਾ ਹੋ ਦਮ ਹੋਊਗਾ ਕੋਈ ਅਣਖੀ ਖਿਡਾਰੀ ਹੋਈ ਜਿਹੜਾ ਹੈ ਇੱਦਾਂ ਖੜ ਕੇ ਮੇਰੇ ਵੀਰੋ ਆਹ ਵੇਖੋ ਗੱਗੀ ਖੀਰਾ ਮਾਰੀ ਦਾ ਮਿੱਟੀ ਇਸ਼ਨਾਨ ਧਲੇਰ ਦੇ ਗਰਾਊਂਡਾਂ ਦੇ ਵਿੱਚ ਹੈ ਖੀਰਾ ਵਾਲੀ ਪਿੰਡ ਭੱਜੀ ਹੋਣ ਦਾ ਮਸ਼ਹੂਰ ਕੀਤਾ ਹੋਇਆ ਪਿੰਡ ਹੈ ਦੁਨੀਆਂ ਦੇ ਸੁਪਰ ਸਟਾਰਾਂ ਦਾ ਪਿੰਡ ਕਿ ਮਾਲਵੇ ਦੁਆਬੇ ਵਿੱਚ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਬਾਹਰ ਵਿੱਚ ਲੋਕੀ ਉਹ ਗੱਲਾਂ ਕਰਦੇ ਵੀ ਟੀਮਾਂ ਦੋਹੇ ਚੰਗੀਆਂ ਕਾਰਡ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀਆ ਝੁਕਲੋ ਜਿਹਦੇ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਵੀ ਉਹਨੇ ਜਾਣਾ ਜਿੱਤ ਕੇ ਕਿ ਜਿਹਦੇ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਵੀ ਉਹਨੇ ਜਾਣਾ ਜਿੱਤ ਕੇ ਹੈਲੋ ਉਧਰ ਸਾਡਾ ਭਰਾ ਸੁਖਵੰਤ ਕੈਨੇਡਾ ਹਰਮਿੰਦਰ ਹਰਮੀਤ ਤੇ ਸ਼ਿਪੀ ਐਲਾਨ ਕਰਦੇ ਆ ਵੀ ਇਸ ਮੈਚ ਦੇ ਵਿੱਚ ਦੋਨਾਂ ਸਾਈਡਾਂ ਤੇ ਜਿੰਨੇ ਵੀ ਜੱਫੇ ਲੱਗਣਗੇ ਹਰ ਇੱਕ ਜੱਫੇ ਦਾ ਇੱਕ 100 ਰੁਪਇਆ ਜਿਹੜਾ ਦਿੱਤਾ ਜਾਣਾ ਪਾਣੀ ਦੀ ਜਿਹੜੇ ਵੀਰ ਦੀ ਡਿਊਟੀ ਹੈ ਗਰਾਊਂਡ 'ਚ ਪਾਣੀ ਭੇਜਤਾ ਜਾਵੇ ਜਿਹੜੇ ਵੀਰ ਦੀ ਪਾਣੀ ਤੇ ਡਿਊਟੀ ਹੈ ਬੜਾ ਸਿਰੇ ਦਾ ਮੈਚ ਮੇਰੇ ਵੀਰੋ ਪਿੰਡ ਧਲੇਰ ਦਾ ਮੈਦਾਨ ਕੌਂਕੇ ਤੇ ਖੀਰਾ ਵਾਲੀ ਇੱਕ ਜ਼ੋਰਦਾਰ ਤਾੜੀ ਲਾਵੇ ਦਰਸ਼ਕ ਵੀਰੋ ਕੌਂਕੇ ਤੇ ਖੀਰਾ ਵਾਲੀ ਗੱਲ ਲਾਉਂਦਾ ਹੈ ਟਿਕਾਣੇ ਮੁੰਡਾ ਕੌਂਕੇ ਪਿੰਡ ਦਾ ਗੱਲ ਲਾਉਂਦਾ ਹੈ ਟਿਕਾਣੇ ਮੁੰਡਾ ਕੌਂਕੇ ਪਿੰਡ ਦਾ ਲੈ ਵੀ ਕੀਮਿਆਂ ਵਾਲਿਆ ਸਾਂਝੇ ਤੌਰ ਤੇ ਵੀਰ ਇਸ ਮੈਚ ਦੀ ਜਿਹੜੀ ਆਪਾਂ ਗੱਲਬਾਤ ਕਰਾਂਗੇ ਜਾਂ ਤੇ ਸਾਡਾ ਵੀਰ ਖਾਨੇ ਵਾਲਾ ਹੈ ਤੇ ਜਾਂ ਤੇ ਸਾਡਾ ਵੀਰ ਪਿਰਤਾ ਲੈ ਵੇਖੋ ਮੈਦਾਨ ਦੇ ਵਿੱਚ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਮਿੱਤਰੂ ਬੜੇ ਮੇ ਖਾਣੀ ਹੈਲੋ ਐਂਡ ਸਿਰੇ ਦਾ ਮੈਚ ਆ ਇੱਕ ਸਾਈਡ ਤੇ ਟੀਮ ਆ ਜਿਹੜੀ ਉਹ ਖੀਰਾਂ ਵਾਲੀ ਦੀ ਟੀਮ ਆ ਮੰਡੀ ਵਾਲੀ ਸਾਈਡ ਤੇ ਖੇਡ ਰਹੀ ਆ ਜਿਹੜੇ ਦਰਸ਼ਕ ਇਸ ਮੈਚ ਦਾ ਆਨੰਦ ਲੈਣਾ ਚਾਹੁੰਦੇ ਆ ਤਾਂ ਤਾੜੀ ਮਾਰ ਦਿਓ ਜ਼ੋਰਦਾਰ ਕੌਂਕੇ ਤੇ ਖੀਰਾਂ ਵਾਲੀ ਦਾ ਮੈਚ ਐਂਡ ਸਿਰੇ ਦਾ ਮੈਚ ਆ ਤੇ ਉੱਧਰ ਸੁਰਖਪੁਰੀਆ ਲਾਲੀ ਵੀ ਪੁੱਜਿਆ ਹੋਇਆ ਹੈ ਕਪੂਰਥਲੇ ਵਾਲਾ ਕਬੱਡੀ ਦਾ ਮਾਨ ਕੋਚ ਆ ਪੱਖੋ ਕਲਾ ਤੇ ਧੂਰ ਕੋਲ ਰਨ ਸੀ
ਇਹ ਵੀ ਟੀਮਾਂ ਜਿਹੜੀਆਂ ਰੈਡੀ ਰਹਿਣ। ਸਾਡੇ ਸਾਊਂਡ ਵਾਲੇ ਬਾਈ ਦਾ ਬਹੁਤ ਬਹੁਤ ਧੰਨਵਾਦ ਹੈ, ਬੜੀ ਪਿਆਰੀ ਸਾਊਂਡ ਦਾ ਪ੍ਰਬੰਧ ਕੀਤਾ ਹੋਇਆ ਹੈ। ਪਿੰਡ ਧਰੇ ਦਾ ਮੈਦਾਨ ਹੈ ਬਾਈ, ਖੇਡਣਾ ਕਿਉਂ ਕਲੱਬ ਵਾਲਿਆਂ ਨੇ ਕਹਿਣਾ ਵੀ ਪਾਣੀ ਨਹੀਂ ਦਿੱਤਾ ਜਾਣਾ ਇਸ ਮੈਚ ਦੇ ਵਿੱਚ, ਫਿਰ ਕਲੱਬ ਵਾਲਿਆਂ ਨੇ ਇਹ ਨਿਯਮ ਜਿਹੜਾ ਅਨਾਊਂਸ ਕਰਾ ਦੇਣਾ ਹੈ। ਗਲਤ ਵਰਤੋਂ ਨਾ ਕਰੋ ਪਾਣੀ ਦੀ, ਪਾਣੀ ਪੀਣ ਲਈ ਹੈ, ਖਿਡਾਰੀਆਂ ਨੂੰ ਪਾਣੀ ਪੀਣ ਲਈ ਦਿੱਤਾ ਜਾਂਦਾ ਹੈ। ਇਹ ਅਨਾਊਂਸਮੈਂਟ ਸਾਡੇ ਕਲੱਬ ਵਾਲੇ ਕਹਿੰਦੇ ਹੈ ਵੀ ਜੇ ਗਲਤ ਵਰਤੋਂ ਕਰਨਗੇ ਨਾ ਫਿਰ ਅਸੀਂ ਇਸ ਮੈਚ ਵਿੱਚ ਪਾਣੀ ਨਹੀਂ ਦੇਣਾ। ਉਧਰ ਸੁਖਵੰਤ ਕੈਨੇਡਾ ਵਾਲਾ ਸਾਡਾ ਭਰਾ ਇਸ ਮੈਚ ਦੇ ਵਿੱਚ ਪਹਿਲੀ ਕਬੱਡੀ ਖੀਰਾ ਮਾਰੀ ਦਾ ਅੰਗਰੇਜ਼ ਇੱਕ ਤਾੜੀ ਮਾਰਦੇ ਦਰਸ਼ਕ ਵੀਰੇ ਜ਼ੋਰਦਾਰ, ਸਾਹਮਣੇ ਸਟਾਪ ਲਾਈਨ ਵੀ ਐਨ ਕਹਿੰਦੇ ਸਿਰੇ ਦੀ ਆ ਅਮਨਾ ਤੇ ਮੋਟਾ, ਤੇ ਆ ਕਹਿੰਦੇ ਨੌਜਵਾਨ ਬੱਸੀਆਂ ਦਾ ਸੰਦੀਪ, ਇੱਕ ਮਹਿਮਦ ਵਾਲੀਆ ਮਸ਼ਹੂਰ ਆ, ਇੱਕ ਨੰਗਲ ਇੰਡੀਆ ਦਾ ਮਸ਼ਹੂਰ ਆ, ਤੇ ਟਿਮ ਓਪਲ ਦਾ ਪੇਂਡੂ ਬੱਲੇ 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 ਹੁਣ ਪਤਾ ਲੱਗਿਆ ਧਰੇ ਦਾ ਮੇਲਾ ਸਵਾਦ ਹੀ ਵੱਖਰਾ ਹੈ, ਸਵਾਦ ਹੀ ਵੱਖਰਾ। ਲਓ ਕੀ ਕਿਹਾ ਧਰਤੀ ਮਨ ਮਾਤਾ ਕਿ ਮੁੰਡਾ ਕਹਦਾ ਇੱਕ ਯਾਰ ਮੇਰਾ ਹੀ ਪਟਾਕਾ, ਖੇਡ ਮੇਲਿਆਂ ਤੇ ਕਰੇ ਨਿਤ ਨਵਾਂ ਬਾਕਾ, ਹੱਸ ਹੱਸ ਕਢੇ ਦਾ ਕਰਦਾ ਸ਼ੈਤਾਨੀਆਂ, ਧਰੇਰ ਵਾਲੇ ਗੁਰੀ ਦੀ ਵੀ ਦੁਨੀਆਂ ਦੀਵਾਨੀਆਂ, ਕਿ ਧਰੇਰ ਵਾਲੇ ਗੁਰੀ ਦੀ ਵੀ ਦੁਨੀਆਂ ਦੀਵਾਨੀਆਂ। ਦਾ ਪੁੱਤ ਇਸ ਵੇਲੇ ਗੱਗੀ ਖੀਰਾਂ ਵਾਲੀ ਦਾ ਕਬੱਡੀ ਪਾ ਰਿਹਾ ਤੇ ਹੁਣ ਚਾਰ ਜਾਫੀ ਆ, ਅਮਨਾ ਤੇ ਮੋਟਾ, ਬੱਸੀਆਂ ਦਾ ਸੰਦੀਪ ਆ, ਕੌਂਕੇ ਦਾ ਸਲੀਮ ਆ, ਫਤਿਹ ਸਿੰਘ ਪੱਡੇ ਦੇ ਪੁੱਤ ਦੀ ਪਾਈ ਕਬੱਡੀ ਤੇ ਅਮਨ ਕੌਂਕਿਆਂ ਵਾਲਾ, ਤੇ ਗੱਡੀ ਇਸ ਵੇਲੇ ਖੀਰਾਂ ਵਾਲੀ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ। ਹੁੰਦੀਆਂ ਨੇ ਗੱਲਾਂ ਕਰੇ ਕਦੇ ਕਦੇ ਝੇਡਾ, ਅੰਨਾ ਜੋਰ ਮਾਰਦਾ ਏ ਪਾਉਂਦਾ ਨਾਲ ਝੋਟ ਜਦੋਂ ਰੇਡਾ, ਅੰਨਾ ਜੋਰ ਮਾਰਦਾ ਏ ਪਾਉਂਦਾ ਨਾਲ ਝੋਟ ਜਦੋਂ ਰੇਡਾ। ਨਾੜ ਚੋਟ ਛਪਾਰ ਵਾਲਾ ਹੈ, ਖੇਡ ਕਬੱਡੀ ਦੀ ਵੱਡੀ ਚਰਚਾ ਹੈ। ਲਾ ਵੇਖੋ ਮੈਦਾਨ ਦੇ ਵਿੱਚ ਉਹਦੇ ਖੀਰਾ ਵਾਲੇ ਪਿੰਡ ਵਾਲਾ ਹੈ, ਐਨ ਟਰਾਈ ਕਰਦਾ ਹੈ, ਮਾਨੀ ਧੂੜ ਵਾਲੇ ਨੇ ਫੈਸਲਾ ਕਰਦਾ ਹੈ ਵੀ ਪੁਆਇੰਟ ਕਾਂਕਿਆਂ ਦੀ ਟੀਮ ਦੇ ਖਾਤੇ। ਆ ਵੀ ਨੌਜਵਾਨ ਹੈ ਪਾ ਵੀ ਕਬੱਡੀ, ਅਗਲੀ ਕਬੱਡੀ ਪਾਉਣ ਦੇ ਲਈ ਖੀਰਾ ਵਾਲੀ ਦਾ ਅਮਰਤ ਇਸ ਵੇਲੇ ਫਿਰ ਮੈਦਾਨ ਦੇ ਵਿੱਚ ਵੱਧ ਆਇਆ। ਹੁਣ ਚਾਰ ਜਾਫੀ ਆ ਤੇ ਚਾਰਾਂ ਚੋਂ ਕਿਹੜਾ ਲਾਊ ਜਫਾ ਟਿਕਾਣੇ ਦਾ, ਜਾਫੀਏ ਯਾਰੋ ਪੂਰਾ ਕਹਿਰ ਦਾ ਏਰੀਆ ਇਹਦਾ ਏ ਜਗਰਾਉਂ ਸ਼ਹਿਰ ਦਾ। ਅਮਨਾ ਤੇ ਮੋਟਾ ਜਫੇ ਲਾਉਂਦੇ ਨਾਲ ਹਿੰਡ ਦੇ ਚਰਚੇ ਕਰਾ ਦਿੱਤੇ ਪੂਰੇ ਕੌਂਕੇ ਪਿੰਡ ਦੇ, ਪਰ ਖੇਡ ਮੈਦਾਨ ਦੇ ਵਿੱਚ ਅੰਮ੍ਰਿਤ ਬੱਲੇ 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 ਉਹ ਜੇਤੇ ਮੈਚਾਂ ਦਾ ਸਵਾਦ ਆ ਰਿਹਾ, ਇੱਕ ਤਾੜੀ ਮਾਰ ਦੋ ਜ਼ੋਰਦਾਰ ਦਰਸ਼ਕ ਵੀਰੇ। ਅਮਨਾ ਤੇ ਮਨਜਿੰਦਰ ਮੋਟਾ ਰੇਡੇ ਟੌਪ ਟੌਪ ਦੇ ਫੜ ਗਏ, ਅਮਨਾ ਤੇ ਮਨਜਿੰਦਰ ਮੋਟਾ ਰੇਡੇ ਟੌਪ ਟੌਪ ਦੇ ਫੜ ਗਏ। ਗੁਰੀ ਧਲੇਰ ਵਾਲਾ ਪਰ ਧੂੜ ਵਾਲਾ ਕੀ ਫੈਸਲਾ ਕਰਦਾ ਹੈ, ਮਾਨੀ ਧੂੜ ਵਾਲਾ ਕੀ ਫੈਸਲਾ ਕਰਦਾ ਹੈ। ਕੌਕੇ ਤੇ ਖੀਰਾ ਮਾਰੀ ਪਿੰਡ ਧਲੇਰ ਦਾ ਸਿਰੇ ਦਾ ਮੈਚ ਖੇਡਾ ਜਾ ਰਿਹਾ ਹੈ। ਨਵੀਂ ਗਾਲ ਵਾਲਿਆ ਧੂੜ ਵਾਲਿਆ ਕੀ ਚੱਕਰ ਆ, ਲਵੀ ਪਿੰਡਿਆ ਪਾਣੀ ਆ ਜਿਹੜਾ ਉਹਦੀ ਆਪਾਂ ਵਰਤੋਂ ਆ ਪੀਣ ਨੂੰ ਕਰਨੀ ਆ। ਤੇ ਇੱਧਰ ਨੌਜਵਾਨ ਨਾਟ ਝੋਟ ਅੰਨੀ ਜਾਨ, ਇਸ ਨੌਜਵਾਨ ਦੇ ਵਿੱਚ ਵੀ ਛਪਾਰ ਵਾਲਾ ਨਾਟ ਕਬੱਡੀ ਪਾਉਣ ਦੇ ਲਈ ਫਿਰ ਵਧਿਆ ਆ। ਹੁਣ ਖੀਰਾਂ ਵਾਲੀ ਦੀ ਸਟਾਪ ਲਾਈਨ ਸਾਹਮਣੇ ਮੱਲੀਆਂ ਦਾ ਬੋਗਾ ਤੇ ਨਾਲ ਤਾਰੀ ਆ, ਇੱਕ ਕੰਨੀ ਤੇ ਸਿੱਧੀ ਖੀਰਾਂ ਵਾਲੀ ਆ ਸਟਾਰ ਖੇਡ ਕਬੱਡੀ ਦਾ, ਇੱਧਰ ਤਾਰੀ ਖੀਰਾ ਵਾਲੀ ਦਾ ਬੱਲੇ ਬੱਲੇ। ਆ ਵੇਖੋ ਮੈਦਾਨ ਦੇ ਵਿੱਚ ਜਿੱਥੇ ਪੈਰ ਰੱਖਦਾ ਨਾ ਤੇ ਧਰਤੀ ਵੀ ਸਾਹ ਭਰਦੀ ਹੈ। ਖੀਰਾ ਵਾਲੀ ਪਿੰਡ ਦਾ ਗੱਗੀ ਟਰੈਕਟਰ ਦਾ ਜੇਤੂ ਦੁਆਬੀ ਹੈ, ਇਸ ਵੇਲੇ ਕਿਹੋ ਜਿਹੀ ਕਬੱਡੀ ਪਾਉਂਦਾ ਹੈ। ਐਨ ਖੇਡ ਮੈਦਾਨ ਦੇ ਵਿੱਚ ਗੱਲ ਲਾਉਂਦਾ ਹੈ ਟਿਕਾਣੇ, ਗੱਲ ਲਾਉਂਦਾ ਹੈ ਟਿਕਾਣੇ, ਮੁੰਡਾ 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 ਕੌਂਕੇ ਪਿੰਡ ਦਾ, ਮੁੰਡਾ ਕੌਂਕੇ ਪਿੰਡ ਦਾ, ਪਰ ਪੁਆਇੰਟ ਮੇਰੇ ਵੀ ਉਹ ਗੱਗੀ ਖੀਰਾ ਵਾਲੀ ਦੇ ਕਿਸੇ ਜਿਹੜੇ ਗੱਗੀ ਵੀ ਖੇਡ ਨੂੰ ਪਿਆਰ ਕਰਦੇ ਕਤਾਰੀ ਮਾਰ ਦੋ ਜ਼ੋਰਦਾਰ। ਇਹ ਟੀਮ ਸੁਖਵੰਤ ਕੈਨੇਡਾ ਵਾਲੇ ਦੇ ਸੱਦੇ ਤੇ ਪੁੱਜੀ ਆ, ਸ਼ਿਪੀ ਹਰਮਿੰਦਰ ਹਰਮੀਤ ਤੇ ਸੁਖਵੰਤ ਕੈਨੇਡਾ ਐਲਾਨ ਕਰਦੇ ਆ ਵੀ ਦੋਨਾਂ ਸਾਈਡਾਂ ਤੇ ਜਿੰਨੇ ਵੀ ਜਫੇ ਲੱਗਣ
एक एक साथ गुरी तलेर कबड्डी पा रहा आ जा फी कहते मलिया वाला बोगा पर तलेर का गुरी नचदा टपदा इस वे पॉइंट है जेड़ा अपनी टीम के हिस्से में जोड़ता आया मलिया का अंग्रेज अगली कबड्डी पाउण दे लई फिर मैदान दे विच आ रहा मलिया पिंडा अंग्रेज बेवी जो एक ढाचा वाला अंग्रेज खेडिया है एक आ देखो नौजवान मलिया पिंडा अंग्रेज चार जाफी अमन मोटा है ते नार कहंदे सलीम है ते नार कहंदे बसियां दा संदीप है आ पड़ गई थापी साडा जिला लुधियाना बिलो कौकी है टिकाणा वीत बलजीत ने गल की है ते कौकियां दे सतारा दे भी डाप ते डेरे है लो टेकिया धरती मन मथा नार चोट छपार पिंड वाला चार जासी है खीरा मारी दे हुण नौजवान तारी खीरा मारी है ऐन अपने खेर दा लोहा बनवाउण लगे है बाहु छपार मारिया अन्ना जोर मारदा है पौंडा नार चोट जदों रहिंदा है इह भी चोटे जिहड़ी जान दा वारस है नौजवान नार चोट छपार पिंड वाला उधर अगली कबड्डी पाउण दे लई फिर इस वेले खीरा वालिया खेड मैदान दे विच वध आया इस मैच दे विच एंड कहते दोनों साइडा ते जिन्ने भी जफे लगना हर एक जफे ते माया दे भी खुले गफे आ ते पॉइंट जेड़ा खीरा वाली दी टीम दे हिस्से में जुड़ता आया कि जिले संगरूर दा माण मत्ता पिंड तलेर जिते दा गुरी बन गया बढ़िया प्लेयर मन दा उस्ताद झनेरा दे प्रेम नू खड़ खड़ वेखदे ने लोटी दी गेम नू गुरी तलेर दी कबड्डी आ ते सामने चार जाफी आ सुखबंत पड्डे दी कहंदे यारप दी कबड्डी नू वड्डी देण ते इधर नौजवान कहंदे कीरां वाली दा सोली पर गुरी तलेर वाला आ नौजवान ते कहंदे अमन टवाणा राजा धामी ते हरी भंगोणी माण करदे आ ते उधर कहंदे काला ट्रेसी वी मारका विच बैठा उहनां मैचां दा आनंद लै रिहा ते गद्दी कीरां वाली दी कबड्डी अमन 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 कौंकियां वाला जफा नहीं ला सकिया ते पॉइंट पावी छपार वाले अगली कबड्डी नार चोट छपार पिंड वाला जगदीप सिंह नाम है ते कबड्डी दे विच नार चोट दे तौर ते जाणिया जांदा है जगदीप छपार वाला है नार चोट मेरे वीरो वेखदे आ उहदे साइड वाजा छाती तफा ते पॉइंट कौंके दी टीम दे खाते आ वी नौजवान है खीरी वाली वाले है पावी कबड्डी अंग्रेज सिंह मलियां वाला है वाधा होया मैदान दे विच अगली कबड्डी पाउण दे लई ਕਾਕਿਆਂ ਵਾਲੇ ਬਾਂਦਰੇ ਦੇ ਗੁਰ ਤੋਂ ਫੜ ਕੇ ਡੱਕੇ ਨੇ ਜੱਗੇ ਤੇ ਸੰਦੀਪ ਨੇ ਉਹਨੇ ਸੱਤ ਸ੍ਰੀ ਤੋਂ ਨੱਪੇ ਨੇ ਅਮਨਾ ਤੇ ਮਨਿੰਦਰ ਮੋਟਾਰੇ ਦੇ ਟੌਪ ਟੌਪ ਦੇ ਫੜ ਗਏ ਪਿੰਦਾ ਸਲੀਮ ਖਰਾਜੀ ਵਰਗੇ ਨਿਗਾਹ ਲੋਕਾਂ ਦੀ ਚੜ ਗਏ ਲਾ ਵੇਖੋ ਮੈਦਾਨ ਦੇ ਵਿੱਚ ਇਧਰ ਸਲੀਮ ਕਾਕਿਆਂ ਵਾਲਾ ਵੱਜ ਗਈ ਕੈਂਟੀ 30 ਸਕਿੰਟਾਂ ਦਾ ਫੈਸਲਾ ਵੀ ਪੁਆਇੰਟ ਪਿੰਡ ਕਾਕਿਆਂ ਦੀ ਟੀਮ ਦੇ ਖਾਤੇ ਅਗਲੀ ਕਬੱਡੀ ਫੇਰ ਪਾਉਣ ਦੇ ਲਈ ਨਾਜਵਾਨ ਨਾਥ ਝੋਟ ਪਾਲ ਸਿੰਘ ਸੇਖੋਂ ਦਾ ਪੁੱਤ ਇਸ ਵੇਲੇ ਕਬੱਡੀ ਪਾ ਰਿਹਾ ਥੋੜੇ ਦਿਨ ਪਹਿਲਾਂ ਇਸ ਨੌਜਵਾਨ ਦੇ ਥੋੜੀ ਹਲਕੀ ਸੱਟ ਲੱਗੀ ਤੇ ਅੱਜ ਕਹਿੰਦੇ ਫਿਰ ਨੌਜਵਾਨ ਮੈਦਾਨ ਦੇ ਵਿੱਚ ਐਨ ਸਿਰੇ ਦੀਆਂ ਕਬੱਡੀਆਂ ਪਾ ਰਿਹਾ ਸਾਹਮਣੇ ਚਾਰ ਜਾਫੀ ਆ ਇਧਰ ਕਹਿੰਦੇ ਖੀਰਾਂ ਵਾਲੀ ਦਾ ਟਰਾਈ ਕਰ ਰਿਹਾ ਤੇ ਪੁਆਇੰਟ ਇਧਰ ਪੁਆਇੰਟ ਨਾਟ ਝੋਟ ਕਹਿੰਦੇ ਛਪਾਰ ਵਾਲਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਆ ਜਿਹੜੇ ਦਰਸ਼ਕਾਂ ਨੂੰ ਇਸ ਮੈਚ ਦਾ ਆਨੰਦ ਆ ਰਿਹਾ ਇੱਕ ਤਾੜੀ ਜ਼ਰੂਰ ਮਾਰ ਦਿਓ ਇਧਰ ਕੀਰਾਂ ਵਾਲੀ ਦਾ ਅੰਮ੍ਰਿਤ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੁਣ ਜਾਫੀ ਚਾਰ ਆ ਅਮਨਾ ਸਲੀਮ ਤੇ ਵਸੀਆਂ ਦਾ ਸੰਦੀਪ ਅੰਮ੍ਰਿਤ ਵੀ ਪੁੱਜਿਆ ਆਇਆ ਵਾਈਫਾਈ ਤੇਜ਼ ਵਾਲਾ ਤੇ ਇਧਰ ਪੁਆਇੰਟ ਆ ਜਿਹੜਾ ਕੀਰਾਂ ਵਾਲੀ ਦੇ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਪਾਵੀ ਧਲੇਰ ਵਾਲੇ ਅਗਲੀ ਕਬੱਡੀ ਗੁਰੀ ਧਲੇਰ ਵਾਲਾ ਹੈ ਜਿਹੜੇ ਜਿਹੜੇ ਗੁਰੀ ਨੂੰ ਪਿਆਰ ਕਰਦੇ ਆ ਤਾੜੀ ਜ਼ਰੂਰ ਮਾਰਨਗੇ ਧਲੇਰ ਵਾਲੀ ਗੁਰੀ ਦੀ ਤਾੜੀਆਂ ਵੱਜੀਆਂ ਵੇਖ ਜਾ ਮੈਦਾਨ ਦੇ ਵਿੱਚ ਇਹ ਵੀ ਨੌਜਵਾਨ ਕਹਿੰਦੇ ਨੰਨੀ ਸਮਰਾਰੇ ਵਾਲੀ ਦੀ ਟੀਮ ਲਈ ਖੇਡਦਾ ਹੈ ਤਾਂ ਵੇਖੋ ਮੈਦਾਨ ਦੇ ਵਿੱਚ ਇਹਦੀ ਸਾਈਡ ਤਾੜੀ ਖੀਰਾ ਵਾਲੀ ਆ ਖੀਰਾ ਵਾਲੀ ਪਿੰਡ ਦਾ ਤਾੜੀ ਅਨੇਕਾਂ ਸਤਾਰਾਂ ਨੂੰ ਜੱਫੇ ਲਾਉਣ ਵਾਲਾ ਜਾਫੀ ਹੈ ਪਾਵੀ ਗੱਗੀ ਸਿਆ ਅਗਲੀ ਕਬੱਡੀ ਗੱਗੇ ਨਾਲ ਗੁਰੂ ਬਣਦਾ ਹੈ ਤੇ ਗੱਗੇ ਨਾਲ ਗੱਟ ਬਿਨਾਂ ਗੁਰੂਆਂ ਦੇ ਮੇਰੇ ਵੀਰੋ ਬਿਨਾਂ ਮੁਰਸ਼ਦਾਂ ਦੇ ਰਾਹ ਹੱਥ ਨਹੀਂ ਆਉਂਦੇ ਲੈ ਵੇਖੋ ਮੈਦਾਨ ਦੇ ਵਿੱਚ ਗੱਗੀ ਖੀਰਾ ਵਾਲੀ ਹੈ ਅੰਨੇ ਜੋਰ ਦਾ ਮਾਲਕ ਹੈ ਔਰ ਸੁਰ ਦਾ ਲਾ ਲਾ ਕੇ ਨਾ ਹੋ ਜਾਂਦਾ ਮੋਟਾ ਚੌਂਕਿਆਂ ਵਾਲਾ ਟਰਾਈ ਤੇ ਕਰਦਾ ਪਰ ਪੁਆਇੰਟ ਪਿੰਡ ਖੀਰਾ ਵਾਲੀ ਦੀ ਟੀਮ ਦੇ ਖਾਤੇ ਪਾਵੀ ਛਪਾਰ ਵਾਲੇ ਹੈ ਅਗਲੀ ਕਬੱਡੀ ਅਗਲੀ ਕਬੱਡੀ ਪਾਉਣ ਦੇ ਲਈ ਨਟ ਝੋਟ ਉਸ ਨੌਜਵਾਨ ਦੇ ਵਿੱਚ ਵੀ ਲਲਤੋ ਵਾਲਿਆ ਗੱਗੀ ਦੀ ਤਰ੍ਹਾਂ ਅੰਨੀ ਜਾਨ ਦਾ ਮਾਲਕ ਹੈ
ते सामने आ जाफी सुरली पर पॉइंट आ जेड़ा ताफी अपनी टीम दे हिस्से में जोड़दा आया सरदार कुलविंदर सिंह जी झनेर इन्हां बोलां दा भी मान सम्मान कर रहे हैं बहुत बहुत धन्यवाद है ते अगली कबड्डी खीरा वाली दा ताफी फिर पाउण दे लई वध आया ਭਜੀ ਦਾ ਪਿੰਡ ਆ ਸਰਦਾਰ ਸੁਖਵੰਤ ਸਿੰਘ ਜੀ ਪੱਡੇ ਉਹਨਾਂ ਦੀ ਯੂਰਪ ਦੀ ਕਬੱਡੀ ਨੂੰ ਵੱਡੀ ਦੇਣ ਤੇ ਕੀਰਾਂ ਵਾਲੀ ਆ ਧਾਵੀ ਤੇ ਜਾਫੀ ਚਾਰ ਤੇ ਚਾਰ ਹੀ ਸਟਾਰ ਆ ਆ ਆਇਆ ਕਹਿੰਦੇ ਹੁਸੀਆਂ ਦਾ ਸੰਦੀਪ ਇੱਕ ਮਹਿਮਦ ਵਾਲੀ ਆ ਸੁਰਖਪੁਰ ਚ ਖੇਡਦਾ ਇੱਕ ਨੰਗਲੰਦੀਆਂ ਦਾ ਮੂਹਰੇ ਹੋ ਕੇ ਘੇਰਦਾ ਇੱਕ ਹਕੀਮਪੁਰ ਦਾ ਇੱਕ ਗੁਰਦਾਸਪੁਰ ਦਾ ਇੱਕ ਲੱਲੀਆਂ ਦਾ ਤੇ ਬੱਸੀਆਂ ਦਾ ਤੇ ਪੁਆਇੰਟ ਕੀਰਾਂ ਵਾਲੀ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਆਇਆ ਆ ਨੌਜਵਾਨ ਕਹਿੰਦੇ ਨਿਊਜ਼ੀਲੈਂਡ ਵੀ ਖੇਡ ਆਇਆ ਤੇ ਨੰਨੀ ਸਮਰਾਲੇ ਵਾਲਾ ਮਾਣ ਕਰਦਾ ਗੁਰੀ ਧਲੇਰ ਦੀ ਕਬੱਡੀ ਸਾਡੀ ਘੁੰਮਣ ਆਸਟ੍ਰੇਲੀਆ ਤੇ ਬੈਠਾ ਨਾ ਮੈਚਾਂ ਦਾ ਲੈ ਰਿਹਾ ਆਨੰਦ ਤੇ ਸਾਹਮਣੇ ਜਾਫੀ ਚਾਰ ਹੈ ਖੀਰਾ ਵਾਲੀ ਪਿੰਡ ਤੇ ਖੇਡ ਮੈਦਾਨ ਦੇ ਵਿੱਚ ਧੂੜ ਵਾਲਾ ਮਨੀ ਫੈਸਲਾ ਕਰਦਾ ਵੀ ਇਹ ਪੁਆਇੰਟ ਧਾਵੀ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੈ ਇੱਕ ਪੁਆਇੰਟ ਬਹੁਤ ਕੀਮਤੀ ਇਸ ਮੈਚ ਦਾ ਹੈ ਵੇਖਦੇ ਕਿਹੜੀ ਟੀਮ ਚੰਡੀਗੜ੍ਹ ਕੇ ਜਾਂਦੀ ਹੈ ਇੱਕ ਪਾਸੇ ਕਾਂਕੇ ਇੱਕ ਪਾਸੇ ਖੀਰਾ ਵਾਲੀ ਗਾਗੀ ਖੀਰਾ ਵਾਲੀ ਪਿੰਡ ਦਾ ਹੈ ਵੇਖਦਾ ਜਿਹੜੇ ਕਪੂਰਥਲੇ ਦਾ ਮੁੰਡਾ ਹੈ ਦੁਆਬੇ ਦੇ ਵਿੱਚ ਪੁੱਜਿਆ ਹੋਇਆ ਹੈ ਤੇ ਦੁਆਬੇ ਦੇ ਨਾ ਵੱਡੇ ਵੱਡੇ ਸਟਾਰ ਪੈਦਾ ਕੀਤੇ ਹੈ ਗਾਗੀ ਨੌਜਵਾਨ ਮੇਵੀ ਜੋ ਇਸ ਪਿੰਡ ਦੇ ਭਜੀ ਵਰਗੇ ਹੈ ਲਾ ਵੇਖੋ ਮੈਦਾਨ ਦੇ ਵਿੱਚ ਅਮਨ ਕਾਂਕਿਆਂ ਵਾਲਾ ਟਰਾਈ ਤੇ ਕਰਦਾ ਹੈ ਪਰ ਰੈਫਰੀ ਨੇ ਫੈਸਲਾ ਕਰਤਾ ਵੀ ਪੁਆਇੰਟ ਗੱਗੀ ਦੇ ਖਾਤੇ ਜੁੜੇ ਹੈ ਪਾਵੀ ਛਪਾਰ ਵਾਲੇ ਹੈ ਅਗਲੀ ਕਬੱਡੀ ਨਾਰ ਝੋੜ ਪਿੰਡ ਛਪਾਰ ਦਾ ਹੈ ਆਹ ਵੇਖੋ ਸਾਹਮਣੇ ਨੌਜਵਾਨ ਕਿਹੋ ਜੀ ਖੇਡ ਖੇਡਦਾ ਹੈ ਇਹ ਵੱਖਰੀ ਖੇਡ ਦਾ ਮਾਲਕ ਹੈ ਨਾਰ ਝੋੜ ਨੂੰ ਕੌਰ ਕੌਰ ਤਿਆਰ ਕਰਦਾ ਹੈ ਤਾੜੀ ਜ਼ਰੂਰ ਮਾਰਨਗੇ ਬਈ ਇਸ ਮੈਚ ਦੇ ਵਿੱਚ ਟੀਮ ਜਿਹੜੀ ਜਿੱਤ ਗਈ ਸਾਰੇ ਦਰਸ਼ਕਾਂ ਨੇ ਅੰਦਾਜ਼ਾ ਲਾ ਲਿਆ ਜਿਹੜੇ ਦਰਸ਼ਕਾਂ ਨੂੰ ਮੈਚ ਵਧੀਆ ਲੱਗਿਆ ਉਹ ਤਾੜੀ ਮਾਰ ਦਿਓ ਬਾਈ ਅੰਕ ਵੀ ਜ਼ਰੂਰ ਸੁਣ ਲਿਓ ਕਿਉਂਕਿ ਕੁਝ ਵੀਰਾਂ ਦੀ ਤਮੰਨਾ ਹੁੰਦੀ ਵੀ ਪੁਆਇੰਟ ਵੀ ਜ਼ਰੂਰ ਬੋਲੇ ਜਾਣ ਕਾਂਕਿਆਂ ਦੇ ਅੰਕ ਨੇ 15.5 ਤੇ 9 ਪੁਆਇੰਟ ਨੇ ਖੀਰਾਵਾੜੀ ਦੇ ਕਾਂਕਿਆਂ ਦੀ ਟੀਮ ਜੇਤੂ ਟੀਮ ਹੈ ਪਾਖੋ ਕਲਾ ਤੇ ਧੂਰਗੜ ਰਸੀ ਇਹ ਸੈਂਟਰ ਲਾਈਨ ਤੇ ਆ ਜਾਣ ਟੀਮਾਂ ਪਾਖੋ ਕਲਾ ਤੇ ਧੂਰਗੜ ਰਸੀ ਉਹ ਤਾਲਾ ਤੇ ਕੋਟ ਫਤਹ ਮਾਨੋ ਕੇ ਵਰਸਰੀ ਕੰਗਣਵਾਲ ਅਮਾਮਗੜ੍ਹ ਤੇ ਤਾਜਪੁਰ ਉਧਰ ਸਾਡਾ ਭਰਾ ਵਿੱਟੂ ਗਹਿਲਾ ਵਾਲਾ ਯੂਐਸਏ ਦੇ ਵਿੱਚ ਬੈਠਾ ਨਾ ਮੈਚਾਂ ਦਾ ਆਨੰਦ ਲੈ ਰਿਹਾ ਤੇ ਨਾਲ ਬਿੰਦਰ ਗਹਿਲਾ ਵਾਲਾ ਸਾਰੇ ਵੀਰਾਂ ਦਾ ਧੰਨਵਾਦ ਆ ਜਿਹੜੇ ਲਾਈਵ ਵੇਖ ਰਿਹਾ ਸੁਖਵੰਤ ਕੈਨੇਡਾ ਉਹਨਾਂ ਦਾ ਪਿੰਡ ਧੂਰਕੋਟ ਰਣਸੀ ਦੀ ਟੀਮ ਪੁੱਜ ਗਈ ਹੈ ਪੱਖੋ ਕਲਾਂ ਦੀ ਟੀਮ ਜਲਦੀ ਤੋਂ ਜਲਦੀ ਆ ਜਾਵੇ ਪਿੰਡ ਪੱਖੋ ਕਲਾਂ ਦੀ ਟੀਮ ਉਹ ਟਾਲਾ ਤੇ ਕੋਟ ਫਤਹ 365 ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਕਬੱਡੀ ਕੱਪ ਨੂੰ ਲਾਈਵ ਖੇਡਿਆ ਹੈ ਵਿਦੇਸ਼ਾਂ ਵਿੱਚ ਬੈਠੇ ਵੀਰਾਂ ਨੂੰ ਦਿਖਾਇਆ ਹੈ ਔਰ ਹਰ ਇੱਕ ਮੇਲੇ ਨੂੰ ਕਵਰ ਕਰਦੇ ਹੈ 365 ਸਾਈਟ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹ ਟਾਲਾ ਤੇ ਕੋਟ ਫਤਹ ਇਹ ਵੀ ਟੀਮਾਂ ਨਜ਼ਦੀਕ ਹੀ ਰਹਿਣ ਉਹ ਟਾਲਾ ਤੇ ਕੋਟ ਫਤਹ ਕਬੱਡੀ 75 ਕਿਲੋ ਦੀਆਂ ਸਾਡੇ ਪ੍ਰਬੰਧਕ ਵੀ ਟਾਈਆਂ ਪਾਉਣ ਲੱਗੇ ਆ ਜਿਹੜੀਆਂ ਟੀਮਾਂ 75 ਕਿਲੋ ਦੀਆਂ ਟਾਈਆਂ ਕੱਢਣ ਲੱਗਿਆ ਬਾਅਦ ਦੇ ਵਿੱਚ ਕੋਈ ਖਿਡਾਰੀ ਇਤਰਾਜ਼ ਨਾ ਕਰੇ 75 ਕਿਲੋ ਦੀਆਂ ਟਾਈਆਂ ਕੱਢਣ ਲੱਗਿਆ ਸਾਡੇ ਪ੍ਰਬੰਧਕ ਵੀਰ ਜੇਤੂ ਟੀਮਾਂ ਦੇ ਅੱਗੇ ਖਿਡਾਰੀ ਜਿਹੜਾ ਸਟੇਜ ਤੇ ਪੁੱਜ ਜਾਵੇ 21 ਤਰੀਕ ਲਾਂਗੜੀਆਂ ਦਾ ਕਬੱਡੀ ਕੱਪ ਆ ਕਮਲ ਢੀਂਡਸਾ ਰਾਜੂ ਜੱਗੀ ਵਿੱਕੀ ਹੋਣੀ ਸਾਡੇ ਭਰਾ ਸਭ ਨੂੰ ਖੁੱਲ੍ਹਾ ਸੱਦਾ ਦੇ ਰਹੇ ਆ ਇੱਕ ਛੋਟਾ ਬੱਚਾ ਜੋ ਸਾਡਾ ਵੀਰ ਗਰਾਊਂਡ ਚ ਆਵੇਗਾ ਕਬੱਡੀ 75 ਕਿਲੋ ਦੀ ਅਸੀਂ ਟਾਈਆਂ ਕੱਢਣੀਆਂ ਹੈ ਇਸ ਮੈਚ ਦੇ ਪਹਿਲੇ ਪੁਆਇੰਟ ਤੇ ਧਰਮ ਸਿੰਘ ਦੇ ਵੱਲੋਂ 100 ਰੁਪਇਆ ਹੋਵੇਗਾ ਜਿਹੜਾ ਮੈਚ ਗਰਾਊਂਡ ਦੇ ਵਿੱਚ ਸ਼ੁਰੂ ਹੋਣ ਲੱਗਿਆ ਕਬੱਡੀ 75 ਕਿਲੋ ਦੇ ਵਿੱਚ ਜਿਹੜੀਆਂ ਟਾਈਆਂ ਕੱਢੀਆਂ ਗਈਆਂ ਪਿੰਡ ਝਨੇਰ ਦਾ ਮੈਚ ਭੁੱਲਰ ਹਰਿਆਣਾ ਦੇ ਨਾਲ ਖੇਡਿਆ ਜਾਣਾ ਹੈ ਪਿੰਡ ਝਨੇਰ ਦਾ ਮੈਚ ਭੁੱਲਰ ਹਰਿਆਣਾ ਦੇ ਨਾਲ ਖੇਡਿਆ ਜਾਣਾ ਹੈ ਉਧਰ ਸਾਡਾ ਭਰਾ
जतेंद्र धलेर वाला जी के ट्रैक्टर के भी चर्चे है पंजाब के मेलिया से मैच हो रहा हर आप पिंड देखते ट्रैक्टर के मुकाबले कराए जाते हैं जतेंद्र की भी झंडी है इस तो अगले मैच जोड़े है कबड्डी 75 गुल के खिलाड़ी नोट कर लैन पिंड झनेर का मैच है भूलर हरियाणा के नाल खेडा जाना है और रूड़ेके का मैच है भाई रूड़ेके का मैच कहदी टीम नाल निकलिया है रूड़ेके ते जसोवाल रूड़ेके ते जसोवाल सूता है ये भी टीम जड़िया है अपना मुकाबला नोट कर लैन हेलो पखो कला धूरकोट रणसी का मुकाबला जोड़ा शुरू होने जा रहा है धूरकोट पिंड भी वे वे स्टारा का पिंड है कबड्डी के प्रमोटर का पिंड है बड़ी दूर तो चल के टीम जी है इस मैदान खेलने लिए पुजी है पिंड धलेर की धरती से आने जी आए इस टीम को टीम के धूरकोट या वीर सिंह भी खेलता है जोड़े नौजवान धूरकोट के कबड्डी कबड़े उत्ते घोड़ा देकर जो मान सम्मान किया गया वेखो मैदान पहली कबड्डी इस नौजवान की खिलाड़ी जो कबड्डी पा आ रहा दुनिया के इस नौजवान भी मेरे वीरो बड़ा मान सत्कार मिले है धूरकोट के कबड्डी कप से इस नौजवान घोड़ा दे के मान सम्मान किया दिता गया है नौकरे घोड़े के सम्मान होया इस नौजवान का है यह वीर सिंह नौजवान है धूरकोट रणसी पिंड का वीर सिंह ना वेखो मैदान उधर बढ़ गई कैंची ते मुंडा शराब पा गया नहीं जाते पॉइंट किधर नूं जांदा है ये भी जो पॉइंट मेरे भी जो पखो कलां दी टीम दे खाते आ भी नौजवान है पावी कबड्डी गोपी कैलों वाला है इस माइक ते सेहत तो लैके चर्चा कर रहा है और लाडी का भी बहुत बहुत धन्यवाद है और साढ़े वीर पेते का भी धन्यवाद है बाबू खन्ने वाला भी पुजा होया है ना वेखो मैदान उधर चा झाफी है आ मुंडे का तख्तूपुर पिंड है और वेखो मैदान बड़ा टॉप का जफा ला गया है और पॉइंट मेरे भी जो धूरकोट की टीम के खाते लै भी नौजवान है कर गल इधर अगली कबड्डी पाने लिए धूरकोट नौजवान अगली कबड्डी पाने लिए फिर वाधा होया सामने चार जाफी ने के खेडनी पंजाबी खेड खेड़ जोर दी के लखा दी नहीं गल मकौड़ी हो गई करोड़ दी सामने कहते नौजवान इस वे चार जाफियां बोलिया धावा मेरे वीर सामने कहते कनी तो नौजवान पूरी जोरदार ट्राई कर रहा है उधर हंदिया ने बिल्कुल लागे मुकाबला है ते पॉइंट जिहड़ा इस वे धावी दे जुड़दा होया पॉइंट जिहड़ा धावी दे इस वे जुड़दा होया चल भी मुंडिया फिर पा कबड्डी इधर अगली कबड्डी पाउण दे लई नौजवान फिर हंदिया नूं टेकदा आ मत्था मेरे वीर के करके यादगुरां नूं रेडर दिंदे मत्था टेक जिस जाफी पकड़ बनाईए लाओ रेडर दी ओ ब्रेक के जिथे रेडा पैंदियां धरती चों निकले सेक आ नंगे पिंडे चमकदे सारी दुनिया रहीए वेख मैं चाहुंदे आखिर जितना जिहदे जित लिखी विच लेख उधर जाफी मेरे वीर इस वेले पूरी ट्राई कर रहे आ ते पॉइंट जिहड़ा इस वेले रेडर दा है पॉइंट इस वेले रेडर दा है चल भी जवाना आ भी धूर कोटी है पाली कबड्डी धूरकोट पिंड की टीम के लिए नौजवान वीर सिंह वेखो मैदान अगली कबड्डी पा जा रहे हैं जिदा अज रौनक लगी है कल लड़तो पिंड के सदे देने हैं उसे भी स्टारा के पेड़ हो गए बेस्ट खिलाड़ियों लिए मोटरसाइकिल दिते जाने हैं ना वेखो मैदान वीर धूरकोट है एक जोर के नाल पखो वाले ने खुच पट्टी है पर पॉइंट धावी के खाते आ भी पखो वाले है पावी कबड्डी वो टाला ते कोट फत्ता ये नजदीक आ जाने टीम है वो टाला ते कोट फत्ता माणू केक ते कंगनवाल इमामगढ़ ते ताजपुर साढ़े सत्त बज गए है और इस राउंड के जेडे काफी मैच रहिंदे है ते दुनिया के स्टारा के पेड़ पिंड धलेर के मैदान में हो रहे है उसलिए साइड दा हो जाता फिर छड़ाके वास्ते पॉइंट पखो कलां की टीम के खाते अगली कबड्डी मेरे भी धूरकोट की टीम वालों एक धूरकोट मंडी अमृतनगर के लागे पिंड है एक धूरकोट जिहड़ा है जिले मोगे का पिंड है यह धूरकोट रणसी की टीम
जिले मोगे तो पुजी हुई है मोहने होना दा जीते होना दा खेड कबड्डी विच नाम है आ वेखो मैदान दे विच पखो करन दा आ जासी ट्राई ते करदा है पर पॉइंट धूरकोट दी टीम दे खाते पावी नौजवान है अगली कबड्डी आदर अगली कबड्डी पाउण लई नौजवान फिर बढ़दा होया मेरे वीरियो हुण सामने चार जाफी ने इस वेले सीढ़िया मामा दे बब्बर शेरपुत एक पासे ढलने के पिंड दा चरना लगा होया नाल मेरे वीरे तीन खिलाड़ी ने हुण केड़ा नौजवान धूरकोट वाला जाफी जफा लावेगा इह ते जिहड़े समय दे मंगल आउणे ने उधर यादविंदर सिंह राय इंग्लैंड तो जुड़े आया नाल ही हरचंद सिंह जी वागड़ी यूएसए तो पर सामने जाफी इस वेले मेरे वीरियो करदा होया ट्राई सामने जफा लग पाउ जे नहीं इह ते समय दे मंगल समय दी बात आउणियां ने मेरे पंजाबी वीरो उच्चा लंबा पाटा ਅਦਰ ਦੁਨੀਆ ਸਕੱਤਾ ਦਾ ਜਿਹੜਾ ਹੁਕਮ ਬੋਲ ਚੁੱਕਾ ਤੇ ਪੁਆਇੰਟ ਜਿਹੜਾ ਜਾਫੀ ਦੇ ਸੀ ਜੁੜਦਾ ਹੋਇਆ ਜਿਹੜਾ ਤਖਤੂਪੁਰ ਪਿੰਡ ਹੈ ਇਸ ਜਾਫੀ ਦਾ ਹੈ ਸੁੱਖੇ ਧਾਰੀਵਾਲ ਦਾ ਪਿੰਡ ਤਖਤੂਪੁਰ ਪਿੰਡ ਹੈ ਤੇ ਗੱਗੀ ਦਾ ਵੀ ਖੇਡ ਕਮੈਂਟਰੀ ਦੀ ਬਦੌਲਤ ਹੈ ਦੁਨੀਆ ਵਿੱਚ ਨਾਮ ਮਸ਼ਹੂਰ ਹੋਇਆ ਹੈ ਇਹਦੇ ਲਈ ਸਾਈਡ ਅਗਲੀ ਕਬੱਡੀ ਵੀਰ ਸਿੰਘ ਨੌਜਵਾਨ ਅਗਲੀ ਕਬੱਡੀ ਪਾਉਣ ਲਈ ਵਧਿਆ ਹੈ ਉਹਦੇ ਪੱਖੋਂ ਪਿੰਡ ਵਾਲਾ ਹੈ ਲੱਗੀ ਹੋਈ ਦੌੜ ਖੇਡ ਕਬੱਡੀ ਦੀ ਇਸ ਲਈ ਨੌਜਵਾਨ ਨੇ ਪੁਆਇੰਟ बड़े थमे दे नाल अपनी टीम दे खाते जोड़ता है पावी नौजवान है अगली कबड्डी खेडने कबड्डी दी जिहड़े मेहनतां ने करदे उहनां दीआं झोलियां तों खुशियां नाल भरदे कर सब दे अरमान रब्बा पूरे ना कर देर मालका खेड कौडी उत्ते रखी सदा मेहर मालका खेड कौडी उत्ते रखी सदा मेहर मालका खेड कबड्डी दे उत्ते वाहिगुरु दी किरपा है दुनिया की एको खेड जिन्हों मां खेड कहा जाता है इधर फिर जो पॉइंट पखो कलां की टीम के खाते पावी धूरकोट वाले है अगली कबड्डी ललतों वाले वीर जेड़े मुंडे ने जफा लाया सी पहला धूरकोट रणसी वाले ने सरदार धर्म सिंह जी बोपा राय वालों उस मुंडे ने 100 रुपये का मान सम्मान है लवी लई 100 रुपये का मान सम्मान है ये वीर जिहड़ा इधर एंट्री वाले काउंटर तक पैसे लै लवे सरदार धर्म सिंह जी बोपा राय वाले 100 रुपये का मान सम्मान है हाँ जी पावी पखो बारे अगली कबड्डी पखो कला पिंड का नौजवान वादा हुआ मैदान अगली कबड्डी पाने लई टेकिया धरती मां नूं मत्था है लाल कच्छा पाया होया है एन गुंदिया पिया शरीर वेखदे इस नौजवान नूं ढाउण दा दम हुण कौण रखदा है फड़िया गुट ते नौजवान छड़ा पाउ जां नहीं जां ते पॉइंट दा फैसला वी पॉइंट पखो कला दी टीम दे खाते जुड़ गया है एक धूरकोट जाना सोनी जरा कबड्डिया पा रहा चिट्टे कच्छे दे विच वह कहिंदा मुंडा मैनू स्पैशल तौर ते दस के गया है भी मैंबर पंचायत भी है पंचायत का मैंबर भी बनिया होया है सोनी मैंबर के नाँ दे नाल उहनू दुनिया जानदी है ला वेखो मैदान दे विच वीर सिंह की अगली कबड्डी धूरकोट या वीर सिंह बज गया टच ते पॉइंट मेरे वीरो धूरकोट की टीम के खाते उताला ते कोट फता जल्दी तो जल्दी टीम ग्राउंड च पहुंचान उताला ते कोट फता इधर साडे बहुत ही सत्कारयोग वीर ने सरदार करमिंदर सिंह जी जैपन नाल ही दविंदर सिंह जी मलेशिया पहले 1.5 पॉइंट दीआं पहलिया 6 टीमां दे लई जिहड़ी हुण तों मैच जोड़ के तों बाद 100 रुपये दे मान सम्मान आउणे ने उधर सामने इस वेले मैदान दे विच ढल्ले के पिंड है इस मुंडे दा मेरे वीर चरण दा नाम है सामने नौजवान इस वेले लांदा होया तगड़ा जफा दे पॉइंट जिहड़ा जाफी दे सिर जोड़दा होया आ खिडारी आया सोनी मैंबर दे नाना जाणिया जांदा है किसे नूं पिंड दी सरपंची या कबड्डी दे विच ते कोई मेरे वीर मैंबर पंचायत है इह वी नौजवान सोनी मैंबर दे तौर ते दुनिया भर के जाने जाता है ला वेखो मैदान के सोनी पंच किनू टच मारदा है पट्टी खुच पर पॉइंट धूरकोट की टीम के खाते पावी नौजवान है अगली कबड्डी इधर किसी वीर का जिहड़ा परस गिरिया है नछत्तर सिंह पिंड तक्कड़वाल तो उस वीर का जिहड़ा परस गिर गया उहदा लाइसेंस साडे कोल है परस भी साडे कोल ही आ वीर आ के अपना परस लै लवे मेरी बेनती है नछत्तर सिंह ककड़वाल पिंड तो उस वीर का परस साडे पिर ते वीर कोले है वह वीर आ के अपना परस लै लवे करमिंदर सिंह जी जैप्टर नाल ही दविंदर सिंह जी मलेशिया पहले 1.5 पॉइंट ने पहलिया 6 टीमां नूं 100 रुपये दिता जाणा है यह भी वीर जी ने नोट कर लिया इस चलदे मैच दे विचों धूरकोट रणसी की टीम जेतू टीम रही है यह वीर साढ़े नोट कर लैन धूरकोट रणसी की टीम इस मैच की जेतू टीम रही है
पिंड उटाला ते कोट फतेह का मैच जिहड़ा शुरू होने जा रहा है। माणूके ते कंगनवाल, इमामगढ़ ते ताजपुर, कलसिया का मैच जरगड़ी के नाल खेडा जाना है। लोहर ते अबूवाल, जलवाणा ते सेखा, ये टीम आपो अपने मुकाबले नोट कर लैन। अज सरहंद के लागे लांडरा विच भी सिरे दे मैच हो रहे हैं, उत्थे लंडियां जीपां रखियां गईयां है ते पर तलेर दे विच मोटरसाइकिल रखे गए है। अज वेखदा किहड़े खिडारी जिहड़े मोटरसाइकिल दे जेतू बणदे है, कौन वैस्ट लीडर बणदा है ते कौन वैस्ट जासी। ये पिंड तलेर दे मैदानां दे विच दुनिया वेखण दे लई पुज्जी होई है। एक पासे टीम उटाला दी खेडेगी ते दूसरी साइड कोट फतेह की टीम। माणूके ते कंगनवाल, इमामगढ़ ते ताजपुर, करसिया ते जरगड़ी, लोहर ते अबूवाल, जलवाणे का मैच सेखे दे नाल खेडा जाना है। और मेरी बेनती है पिरता शेरगढ़ वाला जे जाते बब्बू खन्ने वाला साडा वीर, दोहां चों एक वीर जिहड़ा ग्राउंड च आवेगा। कल ललतों की धरती से बेस्ट खिलाड़ियों लई मोटरसाइकिल दिते जाने हैं और उत्थे भी सुपरस्टारां दे भेड़ करवाए जाणगे। तरन योद्धा वाले दे सद्दे ते दुनिया दे स्टार पुजणगे। बसियां वाले अमर दा भी बहुत बहुत धन्नवाद है, वह भी साडा वीर सवेर तो पुजिया होया है। लो वेखो मैदान दे विच मैच दी शुरुआत होण जा रही है। उटाला ते कोट फतेह, सामने कबड्डी मेरे पंजाबी वीरो, सामने इस वेले नौजवान जाफी मेरे वीरो मूहरे घेरन की गल करता होया, पॉइंट जिहड़ा इस वेले रेडर दे जोड़दा होया। चल भी जवाना फिर पागली कबड्डी के शौक जिन्हों कबड्डी का लग जाता पक जाते ने पाप पत्थर के जो बिच मैदान के शेर भिड़ते खड़के दूर दूर सुनते ने टक्कर आज ग्राउंड से आ जा बहना शरदे मोड़ा से खेड कबड्डी होगी लोगो बिच करोड़ा दे के खेड कबड्डी होगी यारो बिच करोड़ा दे। उटाला पिंड वाला मुंडा है, वो चल अमा करते पॉइंट टीम के खाते जोड़ गए है। पावी नौजवान है, अगली कबड्डी वेखदा मैदान दे विच नौजवान कोट फतेह वाला, कोट फतेह की टीम लई पई हुई कबड्डी है और कुछ नवे दे चेहरे जिहड़े है इन टीमां विच खेल रहे है। पावी नौजवान है, अगली कबड्डी टेकिया धरती मन मत्था है। उटाला पिंड का मुंडा है, जिहड़े पिंड के मेहदी वर्गे ते लाडी वर्गे दुनिया च मशहूर होए है। लो वेखो मैदान दे विच हुण किहो जी कबड्डी पैंदी है। गोल जे हदारा है विच हंधे दो हिस्से चढ़ जाता चार खिलाड़ी विच दिसदे सड़के मां जामा जी ने काड़ी जी कढ़ी। खेडनी कबड्डी लोको खेडनी कबड्डी के खेडनी कबड्डी लोको खेडनी कबड्डी। एक पासे नौजवान कोट फतेह की टीम वालों अगली कबड्डी पाउण जा रहा है।